بسم اللہ الرحمن الرحیم قصہ ہیر رانجا تختہ ظارہ ایک گاؤں سی گا ذات دے رانجھا جٹ اوتھے رہندے سی بڑے خوبصورت گبرو جوان سی چوہدری موزدین عرف موجو زمیندار سی گا اوتھوں دا اودیاں اٹھ اودے اٹھ پتر تے دو تیاں سن جڑا سب تو چھوٹا پتر سی او دا نام سی ਅਸਲ ਨਾ ਸਿੱਧੀ ਦੂ ਰਾਂਝਾ ਮਸ਼ਹੂਰ ਹੋਇਆ ਸਾਰੇ ਪਰਾ ਖੇਤੀਬਾੜੀ ਕਰਦੇ ਸਨ ਰਾਂਝਾ ਜਿਹੜਾ ਸੀ ਉਹ ਆਵਾਰਾ ਫਿਰਦਾ ਸੀ ਕੁੜੀਆਂ ਨੂੰ ਛੇੜਦਾ ਸੀ ਲੰਬੇ ਲੰਬੇ ਵਾਲ ਸੀ ਮੁੱਛਾਂ ਨੂੰ ਤੇਲ ਦੇਣਾ ਬਾਂਸਰੀ ਵਜਾਉਣਾ ਉਹਦਾ ਕੰਮ ਸੀ ਵਰਦਸ਼ ਕਰਨਾ ਮੌਜੂ ਚੌਧਰੀ ਜਿਹੜਾ ਉਹ ਫੌਤ ਹੋ ਜਾਂਦਾ ਉਹਦੇ ਜਿਹੜੇ ਪੁੱਤਰ ਨੇ ਉਹ ਪਟਵਾਰੀ ਨੂੰ ਸਾਧਕੇ ਰਿਸ਼ਵਤ ਦੇ ਕੇ ਚੰਗੀ ਜ਼ਮੀਨ ਆਪਣੇ ਨਾਂ ਕਰਾ ਲੈਂਦੇ ਨੇ ਤੇ ਰਾਂਝੇ ਨੂੰ ਜਿਹੜਾ ਉਹ ਬੰਜਰ ਜ਼ਮੀਨ ਦੇ ਦਿੰਦੇ ਨੇ ਬਖਤ ਜਾਰਾ ਇੱਕ گاؤں ਇਹ ਰਾਂਝਾ ਜਾਟੋ ਦੇ ਵਿੱਚ ਰਹਿੰਦੇ ਸਨ ਮੋਜੂ ਚੌਧਰੀ ਜਿਹੜਾ ਸੀਗਾ ਉਹ ਇਲਾਕੇ ਦਾ ਚੌਧਰੀ ਸੀਗਾ ਆਠ ਪੁੱਤਰ ਦੋ ਧੀਆਂ ਸਨ ਸਭ ਤੋਂ ਛੋਟਾ ਪੁੱਤਰ ਜਿਹੜਾ ਸੀ ਰਾਂਝਾ ਸੀ ਬਾਕੀ ਸਾਰੇ ਭਰਾ ਖੇਤੀਬਾੜੀ ਕਰਦੇ ਸਨ ਉਹ ਕੋਈ ਕੰਮ ਨਹੀਂ ਸੀ ਕਰਦਾ ਰਾਂਝਾ ਆਵਾਰਾ ਫਿਰਦਾ ਸੀ ਜਦੋਂ ਮੋਜੂ ਚੌਧਰੀ ਮਰ ਜਾਂਦਾ ਹੈ ਉਹਦੇ ਪੁੱਤਰ ਪਟਵਾਰੀ ਨੂੰ ਸਾਧ ਕੇ ਰਿਸ਼ਵਤ ਦੇ ਕੇ ਜ਼ਮੀਨ ਦਾ ਬਟਵਾਰਾ ਕਰਾਉਂਦੇ ਨੇ ਚੰਗੀ ਜ਼ਮੀਨ ਆਪਣੇ ਨਾਂ ਤੇ ਬੰਜਰ ਜ਼ਮੀਨ ਰਾਂਝੇ ਦੇ ਨਾਂ ਕਰਾ ਦਿੰਦੇ ਨੇ ਰਾਂਝਾਈ ਤੋਂ ਖੇਤੀਬਾੜੀ ਕਰਦਾ ਪਹਿਲੇ ਤੋਂ ਨਹੀਂ ਕੀਤੀ ਨਹੀਂ ਹੁੰਦੀ ਉਹਦੀਆਂ ਅੱਡੀਆਂ ਫਟ ਜਾਂਦੀਆਂ ਨੇ ਹੱਥਾਂ ਤੇ ਛਾਲੇ ਪੈ ਜਾਂਦੇ ਨੇ ਇੱਕ ਭਾਬੀ ਉਹਦੇ ਲਈ ਰੋਟੀ ਲੈ ਕੇ ਆਂਦੀ ਹੈ ਤੇ ਉਹ ਹਾਲਤ ਵੇਖ ਕੇ ਕਹਿੰਦੀ ਹੈ ਇਹਨਾਂ ਸੋਹਣਾ ਗੱਭਰੂ ਜਵਾਨ ਹੈ ਜਾ ਚੰਗ ਸਿਆਲ ਤੂੰ ਹੀਰ ਨੂੰ ਵਿਆਹ ਕੇ ਲੈ ਕੇ ਆ ਰਾਂਝਾ ਬਾਂਸਰੀ ਫੜ ਕੇ ਚੰਗ ਵੱਲ ਟੁਰ ਪੈਂਦਾ ਰਾਹ ਵਿੱਚ ਸ਼ਾਮ ਹੋ ਜਾਂਦੀ ਏ ਉਹਨੇ ਰਾਤ ਫਿਰ گزارਨੀ ਹੁੰਦੀ ਏ ਕਿਤੇ ਮਸੀਹ ਤੇ ਚ ਵੜ ਜਾਂਦਾ ਹੈ ਮੌਲਵੀ ਜਿਹੜਾ ਉਹਨੂੰ ਤਾਨੇ ਦਿੰਦਾ ਹੈ ਕਿ ਤੂੰ ਗੈਰ ਸ਼ਰਾ ਬੰਦਾ ਹੈ ਮਸਜਿਦ ਦੇ ਚ ਅਸੀਂ ਗੈਰ ਸ਼ਰਾ ਬੰਦਨ ਨਹੀਂ ਬਾੜਦੇ ਤੇਰੇ ਲੰਬੇ ਵਾਲ ਨੇ ਤੇਰਾ ਐਸ ਇਸ ਤਰ੍ਹਾਂ ਦਾ ਉਹ ਜਿਸ ਹਮਤ ਉਹ ਮਸੀਤ ਵਿੱਚ ਰਾਤ گزار ਕੇ ਰਾਜਾ ਫਜਰ ਵੇਲੇ ਫਿਰ ਟੋਰ ਪੈਂਦਾ ਚਨਾਬ ਦਰਿਆ ਦੇ ਕੰਢੇ ਅਪੜ ਜਾਂਦਾ ਉਹਨੇ ਉਹ ਦਰਿਆ ਪਾਰ ਕਰਨਾ ਹੁੰਦਾ ਤੇ ਉਸ ਵਕਤ ਜਿਹੜਾ ਸੀਗਾ ਉਹ ਮਲਾਹ ਕਸ਼ਤੀ ਦੇ ਜ਼ਰੀਏ ਦਰਿਆ ਪਾਰ ਕਰਵਾਂਦੇ ਸਨ ਲੂਡਨ ਮਲਾ ਇੱਕ ਕਿਰਦਾਰ ਹੈ ਉਹ ਕਸ਼ਤੀ ਦੇ ਉੱਤੇ ਬਗੈਰ ਕਿਰਾਏ ਤੋਂ ਨਹੀਂ ਬਿਠਾਉਂਦਾ ਰਾਜੇ ਕੋਲ ਕਿਰਾਇਆ ਨਹੀਂ ਆਏਗਾ ਲੂਡਨ ਮਲਾ ਦੀਆਂ ਦੋ ਬੀਵੀਆਂ ਨੇ रांजा परਾਂ ਬੈ ਕੇ ਬਾਂਸਰੀ ਵਜਾਣ ਲੱਗ ਪੈਂਦਾ ਹੈ ਉਹ ਮਲਾਹ ਦੀਆਂ ਜਿਹੜੀਆਂ ਬੀਵੀਆਂ ਨੇ ਉਹਦੀ ਬਾਂਸਰੀ ਬੜੀ ਚੰਗੀ ਲੱਗਦੀ ਹੈ ਉਹ ਜਾ ਕੇ ਉਹਦੇ ਕੋਲ ਬਹਿ ਜਾਂਦੀਆਂ ਨੇ ਮਲਾਹ ਸਾਧਾ ਹੈ ਕਿ ਕਸ਼ਤੀ 'ਚ ਸਵਾਰੀਆਂ ਪੂਰੀਆਂ ਹੋ ਗਈਆਂ ਨੇ ਆਓ ਚੱਲੀਏ ਉਹ ਬੀਵੀਆਂ ਕਹਿੰਦੀਆਂ ਜਦੋਂ ਤੱਕ ਰਾਂਝਾ ਨਹੀਂ ਬਿਠਾਏਗਾ ਅਸੀਂ ਨਹੀਂ ਬੈਠਾਂਗੇ ਮਜਬੂਰਨ ਉਹਨੂੰ ਬੀਵੀਆਂ ਦੇ ਆਖੇ ਤੇ ਲੁੱਡਨ ਮਲਾਹ ਨੂੰ ਰਾਂਝੇ ਨੂੰ ਕਸ਼ਤੀ ਵਿੱਚ ਬਿਠਾਉਣਾ ਪੈਂਦਾ ਹੈ ਕਸ਼ਤੀ ਤੋਤਰ ਕੇ ਬਾਗ ਵਿੱਚ ਪਲੰਗ ਤੇ ਰਾਂਝਾ ਸੌ ਜਾਂਦਾ ਹੈ ਜਦੋਂ ਉਹ ਦਰਿਆ ਦੇ ਦੂਜੇ ਕਿਨਾਰੇ ਅਪੜਦੇ ਨੇ ਸਾਰੇ ਆਪਣੀ ਮੰਜ਼ਲ ਨੂੰ ਟੁਰ ਪੈਂਦੇ ਨੇ ਰਾंजे ਦੀ ਮੰਜ਼ਲ ਹੀਰੇ ਤੇ ਰਾਂਜਾ ਦੇਖਦਾ ਇੱਕ ਬਾਗ ਹੈ ਉਹਦੇ ਵਿੱਚ ਇੱਕ ਪਲੰਗ ਪਿਆ ਉਹਦੇ ਤੇ ਸੌਂ ਜਾਂਦਾ ਹੈ ਹੀਰ ਜਿਹੜੀ ਹੈ ਉਹ ਮਾਰ ਚੋਚਕ ਦੀ ਧੀ ਸੁਲਤਾਨ ਦੀ ਭੈਣ ਤੇ ਮਲਕੀ ਦੀ ਧੀ ਹੈ ਚਾਰ ਕਰੈਕਟਰ ਯਾਦ ਰੱਖੋਗੇ ਹੀਰ ਤੇ ਸੁਲਤਾਨ ਭੈਣ ਭਰਾ ਨੇ ਮਾਰ ਚੋਚਕ ਤੇ ਮਲਕੀ ਮੀਆਂ ਬੀਵੀ ਨੇ ਆਪਸ ਵਿੱਚ ਤੇ ਹੀਰ ਦੀਆਂ 60 ਸਹੇਲੀਆਂ ਨੇ हीर સોટી ਨਾਲ રાંજે ਨੂੰ جگાਉਂਦੀ ਏ ਤੇ બڑے ગુસ્સે ਹੁੰਦੀ ਏ ਵੀ ਤੂੰ ਮੇਰੇ ਪਲੰਗ ਤੇ ਕਿਉਂ ਸੋਤਾ ਲੇਕਿਨ ਉਹਦਾ ਹੁਸਨ ਵੇਖ ਕੇ ਉਹਦਾ ਗੁੱਸਾ ਠੰਣਾ ਪਿਆ ਜਾਂਦਾ ਏ ਉਹ ਪੁੱਛਦੀ ਏ ਕਿ ਤੂੰ ਕੌਣ ਏ ਕਿੱਥੋਂ ਆਏ ਉਹ ਦੱਸਦਾ ਏ ਮੈਂ ਦੀਦੂ ਰਾਂਝਾ ਤਖਤ ਹਜ਼ਾਰੇ ਤੋਂ ਆਇਆ ਤੇ ਛੰਗਦੀ ਹੀਰ ਨੂੰ ਵਿਆਹਣ ਆਇਆ ਹੀਰ ਉਹ ਦੱਸਦੀ ਏ ਵੀ ਮੈਂ ਹੀ ਹੀਰਾਂ ਤੇ ਹੀਰ ਕਹਿੰਦੀ ਏ ਕਿ ਮੇਰਾ ਪਿਓ ਜਿਹੜਾ ਚੋਚੇ ਕੇ ਉੱਚਾ ਅੰਗ ਦਾ ਜ਼ਮੀਦਾਰ ਸਾਡੀਆਂ ਬਹੁਤ ਸਾਰੀਆਂ ਮੱਝਾਂ ਨੇ ਤੂੰ ਸਾਡੇ ਕੋਲ ਨੌਕਰ ਬਣ ਜਾ ਮੈਂ ਰੋਜ਼ ਚੋਰੀ ਲੈ ਕੇ ਆਵਾਂਗੇ ਤੇ ਮੁਲਾਕਾਤ ਕਰਾਂਗੇ ਕੈਦੋ ਜਿਹੜਾ ਉਹ ਮੱਝਾਂ ਚਾਰਦਾ ਹੋਇਆ ਕੈਦੋ ਇੱਕ ਹੋਰ ਕਿਰਦਾਰ ਹੈ ਉਹ ਰਾਂਝਾ ਜਿਹੜਾ ਉਹ ਮੱਝਾਂ ਚਾਰਦਾ ਤੇ ਉੱਥੇ ਹੀ ਆਂਦੀ ਏ ਉਹਦੇ ਵਾਸਤੇ ਚੋਰੀ ਲੈ ਕੇ ਕੈਦੋ ਜਿਹੜਾ ਉਹ ਉਹਨਾਂ ਨੂੰ ਇੱਕ ਦਿਨ ਪਕੜ ਲੈਂਦਾ ਹੈ ਗੱਲਾਂ ਕਰਦੇ ਹੋਏ ਹੀਰ ਤੇ ਰਾਂਝੇ ਨੂੰ ਤੇ ਹੀਰ ਦੀ ਮਾਂ ਮਲਕੀ ਤੇ ਪਿਓ ਚੋਚਕ ਨੂੰ ਜਾ ਕੇ ਦੱਸਦਾ ਹੈ ਪੰਚਾਇਤ ਬਹਿ ਜਾਂਦੀ ਹੈ ਪੰਚਾਇਤ ਦਾ ਇਹ ਫੈਸਲਾ ਹੁੰਦਾ ਹੈ ਕਿ ਹੀਰ ਦਾ ਵਿਆਹ ਰੰਗਪੁਰ ਦੇ ਸੈਦਾ ਖੇੜੇ ਨਾਲ ਕਰ ਦਿੱਤਾ ਜਾਵੇ ਸੈਦਾ ਖੇੜਾ ਇੱਕ ਹੋਰ ਕਿਰਦਾਰ ਹੈ ਮਾਰ ਅਜੂਦਾ ਪੁੱਤਰ ਤੇ ਸੈਤੀ ਦਾ ਭਰਾ ਹੈ ਸੈਦਾ ਖੇੜਾ ਮਾਰ ਅਜੂਦਾ ਪੁੱਤਰ ਤੇ ਸੈਤੀ ਦਾ ਪ੍ਰਾਅ ਹੈ ਸੈਤੀ ਹੀਰ ਦੀ ਨਨਾਨ ਲਗੀ ਪਿਛਲੇ ਨੇ ਫੇਰ ਅਸੀਂ ਰਿਵਾਈਜ਼ ਕਰ ਲੈਨੇ ਕਿ ਰਾਂਝਾ ਜਿਹੜਾ ਹੈ ਉਹ ਖੇਤੀ ਬਾੜੀ ਕਰਨ ਲੱਗ ਪੈਂਦਾ ਜਿਹਨੇ ਕਦੀ ਨਹੀਂ ਕੀਤੀ ਹੁੰਦੀ ਇੱਕ ਭਾਬੀ ਆਂਦੀ ਉਹਦੀ ਰੋਟੀ ਲੈ ਕੇ ਉਹ ਕਹਿੰਦੀ ਤੂੰ ਕੀ ਆਪਣਾ ਹਾਲ ਬਣਾਇਆ ਤੇ ਤੂੰ ਇਸ ਤਰ੍ਹਾਂ ਕਰ ਅਡੀਆਂ ਤੇਰੀਆਂ ਫਟ ਗਈਆਂ ਨੇ ਹੱਥਾਂ ਤੇ ਛਾਲੇ ਪੈ ਗਏ ਨੇ ਤੂੰ ਜਾ ਗੱਭਰੂ ਜਵਾਨੇ ਚਾਂਗ ਸਿਆਲ ਹੀਰ ਨੂੰ ਵਿਆਹ ਕੇ ਲੈ ਕੇ ਆ ਉਹ ਟਰਦਾਏ ਉਥੋਂ ਸ਼ਾਮ ਪੈ ਜਾਂਦੀ ਹੈ ਰਾਤ ਮਸਜਿਦ 'ਚ ਗੁਜ਼ਾਰਦਾ ਹੈ ਮਸਜਿਦ 'ਚ ਗੁਜ਼ਾਰਨ ਤੋਂ ਬਾਅਦ ਉਹ ਫੇਰ ਉਹਨੇ ਚਨਾਬ ਦਰਿਆ ਪਾਰ ਕਰਨਾ ਹੁੰਦਾ ਹੈ ਤੇ ਉਹ ਲੁੱਡਨ ਮਲਾ ਨਾਲ ਉਹਦਾ ਵਾਸਤਾ ਪੈਂਦਾ ਹੈ ਲੁੱਡਨ ਮਲਾ ਬਗੈਰ ਕਿਰਾਇਆ ਤੋ ਕਿਸੇ ਨੂੰ ਬੈਂਡ ਹੀ ਦਿੰਦਾ ਤੇ ਰਾंजे ਕੋਲ ਕਿਰਾਇਆ ਨਹੀਂ ਆਗਾ ਤੇ ਉਹ ਜਿਹੜਾ ਉਹ ਉਹਦੀਆਂ ਦੋ ਬੀਵੀਆਂ ਨੇ ਰਾਂਝਾ ਬਾਂਸਰੀ ਵਜਾਉਣ ਲੱਗ ਪੈਂਦਾ ਹੈ ਤੇ ਉਹ ਜਿਹੜੀਆਂ ਨੇ ਰਾंजे ਦੀ ਬਾਂਸਰੀ ਦੇ ਉੱਤੇ ਫਿਦਾ ਹੋ ਜਾਂਦੀਆਂ ਨੇ ਉਹਦੇ ਕੋਲ ਬੈ ਕੇ ਸੁਣਨ ਲੱਗ ਪੈਂਦੀਆਂ ਨੇ ਤੇ ਉਹ ਕਹਿੰਨੀਆਂ ਨੇ ਕਿ ਜਦੋਂ ਤੱਕ ਇਹਨੂੰ ਨਹੀਂ ਬਿਠਾਏਗਾ ਅਸੀਂ ਵੀ ਇਹਦੇ ਵਿੱਚ ਕਸ਼ਤੀ ਚ ਨਹੀਂ ਬਿਠਾਂਗੇ ਲੂਡਨ ਮਲਾ ਨੂੰ ਆਪਣੀ ਬੀਵੀਆਂ ਦੇ ਆਖੇ ਤੇ ਮਜਬੂਰਨ ਰਾਜੇ ਨੂੰ ਬਿਠਾਉਣਾ ਪੈਂਦਾ ਹੈ ਦੂਸਰੇ ਕਿਨਾਰੇ ਤੇ ਉੱਪਰ ਕੇ ਲੈ ਕੇ ਆਪਣੇ ਆਪਣੇ ਮੰਜ਼ਰੇ ਟਰ ਜਾਂਦੇ ਨੇ ਰਾਜੇ ਨੇ ਕਿੱਥੇ ਜਾਣਾ ਹੁੰਦਾ ਹੈ ਉਹ ਇੱਕ ਬਾਗ ਦੇ ਵਿੱਚ ਜਾਂਦਾ ਹੈ ਪਲੰਗ ਪਿਆ ਹੁੰਦਾ ਉੱਥੇ ਜਾ ਕੇ ਪੈ ਜਾਂਦਾ ਤੇ ਉੱਥੇ ਜਿਹੜਾ ਉਹ वो हीर का पलंग हूं हीर आती है पहले गुस्से होंगी है लेकिन खूबसूरत नौजवान देख के वह गुस्सा ठंडा पै जाता है तो वह पुछदी है तू कौन है कितों आए वह दसता है मैं दीदू रांझा तख्त हजारे तो आया हीर न्यून आया हीर उन्होंने कहती है कि मेरा प्यो जड़ा है मार चोचक ओ जमींदार है साढ़िया मझा ने तू मझा चराया कर मैं उत्थे चूरी लैके आवागी फिर मुलाकात करा क्या करा वो कैदू जोड़ा एक नवा किरदार है वह ਉਹਨਾਂ ਦੋਵਾਂ ਨੂੰ ਗੱਲਾਂបਾਤਾਂ ਕਰਦੇ ਹੋਏ ਇੱਕ ਦਿਨ ਪਕੜ ਲੈਂਦਾ ਹੈ ਤੇ ਹੀਰ ਦੀ ਮਾਂ ਮਲਕੀ ਤੇ ਪਿਓ ਚੋਚਕ ਨੂੰ ਜਾ ਕੇ ਦੱਸਦਾ ਹੈ ਪੰਚਾਇਤ ਭੇਜਨ ਦੀ ਪੰਚਾਇਤ ਤੇ ਫੈਸਲਾ ਕਰਦੀ ਹੈ ਕਿ ਹੀਰ ਦਾ ਪਿਆਰ ਰੰਗਪੁਰ ਦੇ ਸੈਦੇ ਖੇੜੇ ਨਾਲ ਕਰ ਦਿੱਤਾ ਜਾਏ ਸੈਦਾ ਖੇੜਾ ਮਹਾਰਾਜੂ ਦਾ ਪੁੱਤਰ ਤੇ ਸੈਤੀ ਦਾ ਭਰਾ ਹੈ ਰਾਂਝਾ ਜਿਹੜਾ ਉਹ ਇੱਕ ਜੋਗੀ ਹੈ ਫਕੀਰ ਸਾਧੂ ਬਾਲਨਾਥ ਉਹਦੇ ਕੋਲ ਜਾਂਦਾ ਹੈ ਉਹਨੂੰ ਕਹਿੰਦਾ ਮੈਨੂੰ ਆਪਣਾ ਚੇਲਾ ਬਣਾ ਲੈ ਮੁਰੀਦ ਬਣਾ ਲੈ ਬਾਲਨਾਥ ਕਹਿੰਦਾ ਹੈ ਕਿ ਤੂੰ ਪੀਕ ਮੰਗ ਰਾਂਜਾ ਸਿੱਧਾ ਜਿਹੜਾ ਰੰਗਪੁਰ ਦਾ ਰੋਖ ਕਰਦਾ ਕਿਉਂਕਿ ਹੀਰ ਉੱਥੇ ਵਿਆਹੀ ਗਈ ਹੈ ਹੀਰ ਨੂੰ ਲੱਭਦਾ ਹੈ ਹੀਰ ਦੀ ਨਨਾਣ ਸੈਤੀ ਉਹਨੂੰ ਪਤਾ ਲੱਗਦਾ ਹੈ ਕਿ ਰਾਂਜਾ ਕੋਈ ਆਸ਼ਕ ਹੈ ਹੀਰ ਨੂੰ ਜਦੋਂ ਜੋਗੀ ਦਾ ਪਤਾ ਲੱਗਦਾ ਹੈ ਕਿ ਉਹ ਬੜੀ ਪਰੇਸ਼ਾਨ ਹੁੰਦੀ ਹੈ ਤੇ ਦਿਲ ਵਿੱਚ ਕਹਿਣ ਲੱਗਦੀ ਹੈ ਕਿ ਰਾਂਜਾ ਜਿਹੜਾ ਉਹ ਜੋਗੀ ਬਣ ਕੇ ਆ ਗਿਆ ਨਾ ਹੋਵੇ ਰਾਂਝਾ ਜਦੋਂ ਹੀਰ ਦਾ ਵਿਆਹ ਸੈਦੇ ਖੇੜੇ ਨਾਲ ਹੋ ਜਾਂਦਾ ਉਹ ਬਾਲनाथ ਇੱਕ ਜੋਗੀ ਫਕੀਰ ਕੋਲ ਜਾਂਦਾ ਹੈ ਫਿਰ ਰਿਵਾਈਜ਼ ਕਰ ਰਹੇ ਤੇ ਹਾਜ਼ਰ ਹੋ ਕੇ ਉਹਨੂੰ ਅਰਜ਼ ਕਰਦਾ ਵੀ ਮੈਨੂੰ ਆਪਣਾ ਮੁਰੇਦ ਚੇਲਾ ਬਣਾ ਲਓ ਉਹ ਫਕੀਰ ਆਖਦਾ ਹੈ ਕਿ ਤੂੰ ਹੁਣ ਠੀਕ ਹੈ ਭੀਖ ਮੰਗ ਰਾਂਝਾ ਸਿੱਧਾ ਰੰਗਪੁਰ ਜਾਂਦਾ ਹੈ ਹੀਰ ਨੂੰ ਲੱਭਦਾ ਹੈ ਹੀਰ ਦੀ ਨਨਾਨ ਸੈਤੀ ਨੂੰ ਪਤਾ ਲੱਗਦਾ ਹੈ ਵੀ ਰਾਂਝਾ ਕੋਈ ਆਸ਼ਿਕ ਹੈ ਹੀਰ ਨੂੰ ਜਦੋਂ ਜੋਗੀ ਬਾਰੇ ਪਤਾ ਲੱਗਿਆ ਤੇ ਉਹ ਪਰੇਸ਼ਾਨ ਹੋ ਗਈ ਤੇ ਦਿਲ ਵਿੱਚ ਕਹਿਣ ਲੱਗੀ ਕਿ ਕਿਧਰੇ ਰਾਂਝਾ ਜੋਗੀ ਬਣ ਕੇ ਨਾ ਆ ਗਿਆ ਹੋਵੇ। ਰੰਗਪੁਰ ਪਿੰਡ ਦੇ ਵਿੱਚ ਰਾਂਝਾ ਹੀਰ ਕੋਲ ਪਹੁੰਚ ਜਾਂਦਾ ਹੈ। ਸੈਤੀ ਉਹਨਾਂ ਦੀ ਮੁਲਾਕਾਤ ਕਰਾਂਦੀ ਹੈ। ਸੈਤੀ ਦਾ ਕਿਰਦਾਰ ਵੀ ਪਹਿਲੇ ਉਹਦੇ ਨਾਲ ਪੜਾਉ ਕਰਦੀ ਹੈ। ਲੇਕਿਨ ਬਾਅਦ ਵਿੱਚ ਕਿਉਂਕਿ ਸੈਤੀ ਖੁਦ ਜਿਹੜੀ ਹੈ ਉਹ ਕਿਸ਼ਨਲ ਮੁਹੱਬਤ ਕਰਦੀ ਹੁੰਦੀ ਹੈ ਤੇ ਉਹ ਕਹਿੰਦੀ ਹੈ ਵੀ ਰਾਂਝਾ ਵੀ ਜਿਹੜਾ ਉਹ ਹੀਰ ਨਾਲ ਮੁਹੱਬਤ ਕਰਦਾ ਹੈ। ਤੇ ਇਸ ਵਜ੍ਹਾ ਤੋਂ ਉਹ ਉਹਨਾਂ ਨੂੰ ਜਿਹੜਾ ਨਾ ਆਪਸ ਵਿੱਚ ਮਿਲਾਂਦੀ ਹੈ। ਹੀਰ ਬਹਾਨਾ ਬਣਾਉਂਦੀ ਏ ਵੀ ਸੱਪ ਲੜ ਗਿਆ ਹੀਰ ਤੇ ਰਾਂਝਾ ਜਿਹੜੇ ਨੂੰ ਆਪਸ ਦੇ ਵਿੱਚ ਇੱਕ ਮਤਲਬ ਪਲੈਨਿੰਗ ਕਰਦੇ ਨੇ ਮਨਸੂਬਾਬੰਦੀ ਕਰਦੇ ਨੇ ਕਿ ਅਸੀਂ ਕਿਸ ਤਰ੍ਹਾਂ ਇੱਥੋਂ ਨਿਕਲ ਸਕਦੇ ਆ ਉਹ ਕਹਿੰਦੀ ਏ ਕਿ ਮੈਂ ਕਵਾਂਗੀ ਮੇਰੇ ਸੱਪ ਲੜ ਗਿਆ ਤੇ ਜਿਹੜਾ ਜੋਗੀ ਏ ਉਹਦੇ ਕੋਲ ਇਹਦਾ ਇਲਾਜ ਏ ਤੇ ਉਹ ਇਹ ਬਹਾਨਾ ਬਣਾਉਂਦੀ ਏ ਸੱਪ ਲੜ ਗਿਆ ਜੋਗੀ ਨੂੰ ਸਦੋ ਹੀਰ ਦਾ ਖਾਵਨ ਜਿਹੜਾ ਸੈਦਾ ਖੜਾ ਹੋ ਜੋਗੀ ਕੋਲ ਜਾਂਦਾ ਜੋਗੀ ਕਹਿੰਦਾ ਆਪਣੇ ਪਿਓ ਨੂੰ ਕੱਲ ਫਿਰ ਸੈਦੇ ਖੇੜੇ ਦਾ ਪਿਓ ਜੋਗੀ ਦੀਆਂ ਮੰਤਾਂ ਤਰਲੇ ਕਰਕੇ ਉਹਨੂੰ ਲੈ ਕੇ ਆਂਦਾ ਹੈ ਉਹ ਕਮਰਾ ਅੰਦਰੋਂ ਬੰਦ ਕਰ ਲੈਂਦੇ ਨੇ ਤੇ ਉਹ ਰਾਂਝਾ ਕਹਿੰਦਾ ਕਿ ਅੰਦਰ ਕਿਸੇ ਨੂੰ ਨਹੀਂ ਆਣਾ ਆਏਗਾ ਉੱਥੋਂ ਸਨ ਕੱਢਦੇ ਨੇ ਉੱਥੋਂ ਸوراਖ ਮਾਰ ਕੇ ਦੀਵਾਰ ਦੇ ਵਿੱਚੋਂ ਤੇ ਹੀਰ ਨੂੰ ਉਹ ਭਜਾ ਕੇ ਲੈ ਜਾਂਦਾ ਹੈ ਰਾਜਾ ਅਦਲੀ ਇੱਕ ਰਿਆਸਤ ਦਾ ਹੁਕਮਰਾਨ ਹੈ ਉਹਦੇ ਕੋਲ ਜਾ ਕੇ ਪਨਾਹ ਮੰਗਦੇ ਨੇ ਰਾਜਾ ਅਦਲੀ ਰਾਂਝੇ ਨੂੰ ਰਾਂਝੇ ਤੋਂ ਹੀਰ ਨੂੰ ਖੇੜਿਆਂ ਦੇ ਹਵਾਲੇ ਕਰ ਦਿੰਦਾ ਹੈ ਵਾਪਸ ਜਿੱਥੇ ਵਿਆਹੀ ਗਈ ਹੁੰਦੀ ਹੋ ਰਾਂਝਾ ਬਦਵਾ ਦਿੰਦਾ ਹੈ ਰਾਜਾ ਅਦਲੀ ਨੂੰ ਅਗਲਾਕ ਜਾਂਦੀ ਹੈ ਰਾਜਾ ਅਦਲੀ ਫਿਰ ਡਰ ਜਾਂਦਾ ਹੈ ਤੇ ਹੀਰ ਨੂੰ ਰਾਂਝੇ ਦੇ ਹਵਲ ਕਰ ਦਿੰਦਾ ਹੈ ਰਾਂਝਾ ਜਿਹੜਾ ਹੀਰ ਨੂੰ ਲੈ ਕੇ ਉਹਦੇ ਪਿਓ ਮਾਰਚੋ ਚੋਚਕਲ ਜਾਂਦਾ ਹੈ ਤੇ ਨਿਕਾਹ ਦੀ ਦਰਖਾਸਤ ਕਰਦਾ ਹੈ ਉਹਦਾ ਪਿਓ ਕਹਿੰਦਾ ਹੈ ਕਿ ਤੂੰ ਸੇਰਾ ਬਣ ਕੇ ਬਣ ਕੇ ਨਾ ਤਖਤ ਜਾ ਰਹੇ ਹੋ ਆ ਤੇ ਫਿਰ ਅਸੀਂ ਤੇਰ ਨਾਲ ਲਾਂਗੇ ਉਹ ਜਦੋਂ ਵਾਪਸ ਜਾਂਦਾ ਤਖਤ ਜਾ ਰਹੇ ਤੇ ਸੇਰਾ ਬਣ ਕੇ ਆ ਹੀ ਰਿਹਾ ਹੁੰਦਾ ਹੈ ਤੇ ਰਾਂਝੇ ਨੂੰ ਪਤਾ ਲੱਗਦਾ ਕਿ ਹੀਰ ਨੂੰ ਜਿਹੜਾ ਨਾ ਜ਼ਹਿਰ ਦੇ ਦਿੱਤਾ ਗਿਆ ਤੇ ਉਹ ਮਰ ਗਈ ਹੈ ਇਹ ਕਿਸਾ ਹੈ